ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗਰਾਉਂਡ 24 ਨਿਊਜ਼ ਚੈਨਲ ਤੇ। ਮੈਂ ਤੁਹਾਡਾ ਆਪਣਾ ਰਾਜ ਗਾਲਬ। ਅੱਜ ਅਸੀਂ ਪਹੁੰਚੇ ਹਾਂ ਸ਼ਕੀਨਾ ਦੇ ਪਿੰਡ ਜ਼ਿਲ੍ਹਾ ਮੋਗਾ 'ਚ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ, ਜਿੱਥੇ ਕਿ ਬਹੁਤ ਹੀ ਮਸ਼ਹੂਰ ਗੀਤਕਾਰ ਹੋਇਆ ਰਾਜੂ ਪੱਤੋ। ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਅਤੇ ਜੋ ਚਰਚਾਵਾਂ ਰਹੀਆਂ ਪੰਜਾਬ ਦੇ ਵਿੱਚ ਉਸ ਸਮੇਂ ਦੀਆਂ, ਜਦੋਂ 1994 ਦੇ ਵਿੱਚ ਉਹ ਹੋਣ ਵਿੱਚ ਆਏ ਸੀ। ਗੀਤਕਾਰੀ ਲੈਣ ਦੇ ਵਿੱਚ ਤਾਂ ਪੁਰਾਣੇ ਸੀਗੇ ਪਰ ਚਰਚਾ ਦੇ ਵਿੱਚ ਅਤੇ ਮਸ਼ਹੂਰ ਰਹੇ 1994 ਤੋਂ ਲੈ ਕੇ 1999 ਤੱਕ। ਪਰ ਉਹਨਾਂ ਦੀ ਜਿਹੜੀ ਲਾਸਟ ਟਾਈਮ ਵਿੱਚ, ਕਿਉਂਕਿ ਜ਼ਿਆਦਾ ਚਰਚਾ ਰਹੀ, ਉਹਨੇ ਪਰਿਵਾਰ ਨਾਲ ਜੋ ਗੱਲਬਾਤ ਕਰਾਂਗੇ ਅਤੇ ਆਮ ਹੀ ਚਰਚਾ ਰਹੀ ਹੈਗੀ ਜੀ, ਉਹ ਗੀਤ ਜੋ ਸਿਵਿਆਂ ਦੇ ਵਿੱਚ ਲਿਖਦੇ ਸੀ ਬੈਠ ਕੇ, ਉੱਥੇ ਉਹਨੂੰ ਸਿੰਗਰ ਜਾ ਕੇ ਮਿਲਦੇ ਸੀਗੇ, ਉੱਥੋਂ ਹੀ ਗੀਤ ਲੈਂਦੇ ਸੀਗੇ। ਪਰ ਜੋ ਲਾਸਟ ਟਾਈਮ ਦੇ ਵਿੱਚ ਉਹਨਾਂ ਦੀ ਜੋ ਮੌਤ ਹੁੰਦੀ ਹੈਗੀ ਆ ਭੇਤ ਭਰੇ ਹਾਲਾਤਾਂ ਦੇ ਵਿੱਚ, ਉਹ ਕੀ ਰਹੱਸ ਹੈਗਾ ਉਹ ਵੀ ਆਪਾਂ ਜਾਣਾਂਗੇ ਪਰਿਵਾਰ ਨਾਲ। ਆਪਾਂ ਗੱਲਬਾਤ ਕਰਦੇ ਹੁੰਦੇ ਗ੍ਰਹਿ ਵਿਖੇ ਪਹੁੰਚੇ ਸੀਗੇ। ਉਸ ਤੋਂ ਸਟਾਰਟਿੰਗ ਹੈਗੀ ਆ ਅਤੇ ਕਿੰਨਾ ਟਾਈਮ ਮਤਲਬ ਇਸ ਲਾਈਨ 'ਚ ਰਹੇ ਹੈਗੇ ਆ? 1994 ਤੋਂ 99 ਤੱਕ ਰਹੇ। ਠੀਕ ਹੈ ਜੀ। 1 ਜੁਲਾਈ ਸੀ ਜੀ। ਅਤੇ ਸਟਾਰਟਿੰਗ ਜਿਹੜੀ, ਮਤਲਬ ਤੁਹਾਨੂੰ ਕਿਵੇਂ ਪਤਾ, ਕਦੋਂ ਪਤਾ ਲੱਗਿਆ ਵੀ ਇਹ ਗੀਤਕਾਰੀ ਲਾਈਨ 'ਚ ਆ ਗਏ ਆ? ਗੀਤ ਲਿਖਦਾ ਤਾਂ ਉਹ ਪਹਿਲਾਂ ਤੋਂ ਸੀਗਾ। ਠੀਕ ਹੈ। ਉਹ ਟਾਈਮ ਤੋਂ ਹੀ ਲਿਖਦਾ ਸੀ। ਉਦੋਂ ਸਕੂਲ ਦਾ ਜਿਹੜੀਆਂ ਘਰ ਬਾਰ ਸੁਭਾਵਾਂ ਜਿਹੜੀਆਂ ਸਕੂਲਾਂ ਵੀ ਲਿਆ ਸੁਣਾਉਂਦਾ ਸੀਗਾ। ਠੀਕ। ਅਤੇ ਬਾਕੀ ਉਸ ਤੋਂ ਬਾਅਦ ਜਦੋਂ ਉਹ ਸਕੂਲ ਦੀ ਪੜ੍ਹਾਈ ਤੋਂ ਬਾਅਦ ਇਹ ਕਰਨ ਲੱਗਿਆ, ਰੇਡੀਓ 'ਤੇ ਗੱਲਾਂ ਦਾ ਖੇਡਣ ਦਾ ਕੰਮ ਕਰਨ ਲੱਗਾ। ਉਸ ਤੋਂ ਬਾਅਦ ਵੀ ਜਿਹੜੇ ਸਾਡੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸੀ ਉਦੋਂ ਗੀਤ ਲੈ ਕੇ ਜਾਂਦੇ ਸੀ, ਉੱਥੇ ਗਾਉਂਦੇ ਸੀਗੇ। ਅਤੇ ਕਿਹੜੇ ਕਿਹੜੇ ਸਿੰਗਰਾਂ ਨੂੰ ਮਤਲਬ ਸੌਂਗ ਦਿੱਤੇ ਹੈਗੇ ਆ, ਮਤਲਬ ਉਹ ਕਲੀਅਰ ਕਰ ਦਿਓ ਕਿਹੜੇ ਕਿਹੜੇ ਹੈਗੇ ਸਿੰਗਰ? ਮੇਜਰ ਆਸਥਾਨੀ, ਅੰਮ੍ਰਿਤਾ ਗਰਗ ਜੀ, ਧਰਮਪ੍ਰੀਤ, ਮਿੰਟੂ ਧੂਰੀ, ਪ੍ਰਦੀਪ ਰਸੀਲਾ, ਜਸਵਿੰਦਰ ਬਰਾੜ, ਗੁਰਤੇਜ ਕਾਵਰ, ਦੀਪ ਦਵਿੰਦਰ, ਸੰਦੀਪ ਭੱਟੀ, ਹਰਪ੍ਰੀਤ ਰਾਜਸਥਾਨੀ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਆ। ਭਗਵਾਨ ਹੰਸ ਜੀ, ਜਿਹੜੇ ਕਹਿਣ ਦਾ ਮਤਲਬ ਉਹ ਬੜੇ ਕਲਾਕਾਰ ਆ ਜਿਨ੍ਹਾਂ ਦੇ ਗਾਣੇ ਹਿੱਟ ਵੀ ਹੋਏ ਆ। ਜੇ ਹੁਣ ਮੈਂ ਨਾਮ ਗੜਾ ਮਾਤਾ ਜੀ ਦੇ ਤਕਰੀਬਨ 40-50 ਸਿੰਗਰ ਆ ਜਿਨ੍ਹਾਂ ਨੇ ਉਹਦੇ ਗਾਣੇ ਗਾਏ ਆ। ਠੀਕ ਆ। ਅਤੇ ਇਹਨਾਂ ਦੇ ਵਿੱਚ ਕੋਈ ਹਿੱਟ ਆ ਜਿਹੜੇ ਲੋਕਾਂ ਨੂੰ ਪਤਾ, ਕੁਛ ਨਹੀਂ ਵੀ ਪਤਾ, ਪਰ ਸਿੰਗਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਵੀ ਗਾਣੇ ਗਾਏ ਆ ਉਹ ਤਕਰੀਬਨ ਹਿੱਟ ਵਰਗੇ। ਠੀਕ ਆ। ਤੁਹਾਨੂੰ ਕਿਵੇਂ ਲੱਗਦਾ ਵੀ ਕਿਹੜੇ ਸਿੰਗਰ ਨੂੰ ਉਹਦਾ ਸੌਂਗ ਦਿੱਤਾ ਰਾਜੂ ਪੱਤੋ ਨੇ ਅਤੇ ਉਹਨਾਂ ਦਾ ਨਾਮ ਬਣ ਗਿਆ ਉਹਦੇ ਵਿੱਚ? ਦੇਖੋ ਜੀ, ਨਾਮ ਬਣਨਾ ਤਾਂ ਕਲਾਕਾਰ ਦੀ ਆਪਦੀ ਮਿਹਨਤ ਵੀ ਹੁੰਦੀ ਆ ਅਤੇ ਗੀਤਕਾਰ ਦਾ। ਠੀਕ ਆ। ਜਿਸ ਤਰ੍ਹਾਂ ਕਹਿਣ ਦਾ ਮਤਲਬ, ਪਹਿਲੀ ਕੈਸਟ ਸੀਗੀ ਜੀ ਆਪਣੀ ਧਰਮਪ੍ਰੀਤ ਦੀ, ਜਿਸ ਨਾਲ ਖੇਡਦੀ ਰਹੀ ਪਹਿਲੀ ਫਸਟ ਕੈਸਟ ਸੀ, ਉਹਦੇ ਵਿੱਚ ਸੀਗਾ ਇੱਕ ਤੇ ਰਮਾਲ ਯਾਰ ਦਾ ਗਾਣਾ ਬਹੁਤ ਹਿੱਟ ਹੋਇਆ ਸੀ। ਅਤੇ ਇਹ 1997 ਵਿੱਚ ਕੈਸਟ ਆਈ ਸੀ। ਠੀਕ ਆ। ਇੱਕ ਜਿਵੇਂ ਜਸਵਿੰਦਰ ਬਰਾੜ ਜੀ ਸੀਗੀ, ਮੈਂ ਤਾਂ ਤੈਨੂੰ ਯਾਦ ਕਰਦੀ, ਉਹਦੇ 'ਚ ਰਾਜੂ ਦਾ ਗਾਣਾ ਸੀਗਾ ਆਲਾ ਬੜ ਸਿੰਘਾਂ ਸੰਗਰੂ ਜਾਰੀ, ਜਿਹੜਾ ਮਾਰ ਦਾਮ ਆਲਾ ਦੇ ਵਿੱਚ ਆਇਆ ਇੱਕ ਤੱਕ, ਉਹ ਵੀ ਹਿੱਟ ਰਹੀ ਕੈਸਟ। ਪਹਿਲੀ ਕੈਸਟ ਸੀ ਉਹਦੀ ਹਿੱਟ ਹੋਈ ਸੀ। ਇੱਕ ਵਾਰ ਕੁਲਜੀਤ ਵਸੀਲੇ ਦੀ ਪਹਿਲੀ ਕੈਸਟ ਆਈ ਹੈ, ਉਹਦੇ ਵਿੱਚ ਦੋ ਗਾਣੇ ਸੀਗੇ, ਇੱਕ ਆਦਾ ਸੀਗਾ ਆਲਾ ਆਪਣਾ ਤੇਰੇ ਉੱਤੇ ਸ਼ੱਕ ਭਰਜਾਈ ਕਰਕੇ, ਇੱਕ ਆਇਆ ਸੀਗਾ ਐਵੇਂ ਨਹੀਂ ਮਿਹਣੇ ਮਾਰੀ ਜੀ। ਉਹ ਦੋਨੇ ਗਾਣੇ ਹਿੱਟ ਹੋਏ ਸੀ ਉਸ ਟੇਪ ਦੇ ਵਿੱਚ ਜੀ। ਵੀ ਤਕਰੀਬਨ ਜਿਹੜੇ ਵੀ ਬੰਦਿਆਂ ਨੇ ਉਹ ਪਹਿਲੀ ਟੇਪ ਦੇ ਉੱਤੇ ਰਾਜੂ ਦਾ ਗਾਣਾ ਪਾ ਲਿਆ ਸੀ ਉਹ ਇੱਕ ਹਿੱਟ। ਮਤਲਬ ਉਦੋਂ ਜ਼ਿਆਦਾ ਚਰਚਾ ਇਹ ਸਿੰਗਰਾਂ ਦੇ ਵਿੱਚ, ਜਿਹੜੇ ਸਿੰਗਰ ਸੀ ਉਸ ਟਾਈਮ ਦੇ ਵਿੱਚ ਹਿੱਟ ਰਹੇ ਹੈਗੇ ਆ, ਵੀ ਉਹ ਕਹਿੰਦੇ ਸੀ ਵੀ ਜਦੋਂ ਵੀ ਅਸੀਂ ਕੈਸਟ ਕੱਢਣੀ ਆ ਤਾਂ ਇੱਕ ਦੋ ਜਿਹੜੇ ਗਾਣੇ ਹੈਗੇ ਅਸੀਂ ਵੀ ਰਾਜੂ ਪੱਤੋ ਦੇ ਪਾਉਣੇ ਆ, ਇਹ ਚਰਚਾ ਰਹੀ। ਹਾਂਜੀ ਹਾਂਜੀ, ਇਹ ਬਹੁਤ ਚਰਚਾ ਰਹੀ ਆ ਤਕਰੀਬਨ ਹਰ ਸਿੰਗਰ ਦੀ ਇਹ ਡਿਮਾਂਡ ਹੀ ਹੁੰਦੀ ਸੀ ਉਦੋਂ, ਜਿਹੜਾ ਰਾਜੂ ਦਾ ਗਾਣਾ ਇੱਕ ਚਾਹੀਦਾ। ਨਹੀਂ ਹੁਣ ਮਤਲਬ ਪਹਿਲਾਂ ਸਤੂਤ ਨਹੀਂ ਕਿ ਜਿਵੇਂ ਆਪਾਂ ਜ਼ਿਕਰ ਹੋਇਆ ਹੈਗਾ ਵੀ ਸਾਰੇ ਸਿੰਗਰ ਤਕਰੀਬਨ ਮਿਲਦੇ ਰਹਿੰਦੇ ਸੀਗੇ ਡੇਲੀ ਵਾਂਗੂ ਆਉਂਦੇ ਸੀ, ਹੁਣ ਕਦੇ ਹੋਇਆ ਅਜਿਹਾ ਵੀ ਇੱਕ ਕੋਈ ਸਿੰਗਰ ਤੁਹਾਡੇ ਨੂੰ ਮਿਲਣ ਲਈ ਆਇਆ ਹੋਵੇ? ਨਹੀਂ ਜੀ, ਉਸ ਤੋਂ ਬਾਅਦ ਮੇਜਰ ਆਸਥਾਨੀ ਸਾਡੇ ਕੋਲ ਇੱਕ ਦੋ ਵਾਰੀ ਜ਼ਰੂਰ ਆਏ ਆ ਜੀ,
ਉਦੋਂ ਬਾਅਦ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਜੀ, ਨਾ ਹੀ ਅਸੀਂ ਸੰਪਰਕ ਕਰ ਸਕੇ ਹਾਂ, ਨਾ ਹੀ ਸਾਡੇ ਨਾਲ ਕਿਸੇ ਨੇ ਸੰਪਰਕ ਕੀਤਾ। ਠੀਕ ਹੈ, ਅਤੇ ਕਿੰਨੀ ਮਤਲਬ ਉਹ ਸੌਂਗ ਕਿੰਨੇ ਰਿਲੀਜ਼ ਹੋ ਚੁੱਕੇ ਸੌਂਗ ਉਹਨਾਂ ਦੇ? 50 ਦੇ ਲਗਭਗ ਸੌਂਗ ਉਹਨਾਂ ਦੇ ਰਿਕਾਰਡ ਸੀ ਜੀ। ਨਹੀਂ ਹੁਣ ਲੱਗਦਾ ਨਹੀਂ ਕਿ ਹੁਣ ਕਿੰਨੇ ਸੌਂਗ ਪਏ ਤੁਹਾਡੇ ਕੋਲ? ਹੁਣ ਹੁਣੇ ਹੀ 150-200 ਸੌਂਗ। ਨਹੀਂ ਹੁਣ ਨਹੀਂ ਲੱਗਦਾ ਹੈਗਾ ਵੀ ਆਪਾਂ ਕੋਈ ਸਿੰਗਰ ਆਵੇ ਵੀ ਤੁਹਾਡੇ ਬ੍ਰਦਰ ਵੀ ਸਿੰਗਰ ਤੋਂ ਲੈ ਕੇ ਜਾਣ, ਤੁਹਾਡੇ ਤੋਂ ਸੌਂਗ ਲੈ ਕੇ ਜਾਣ? ਨਹੀਂ, ਅਸੀਂ ਤਾਂ ਹਮੇਸ਼ਾ ਚਾਹੁੰਦੇ ਹਾਂ ਵੀ ਸਿੰਗਰ ਕੋਈ ਆਵੇ ਜੀ, ਅਸੀਂ ਗਾਣੇ ਦੇਣ ਨੂੰ ਤਿਆਰ ਹਾਂ, ਪਰ ਸਿੰਗਰਾਂ ਨੇ ਸਾਡੇ 'ਤੇ ਅਪਰੋਚ ਕੀਤੀ ਨਹੀਂ ਉਦੋਂ ਬਾਅਦ ਕਿਸੇ ਨੇ। ਕਿਸੇ ਨੇ ਨਹੀਂ ਕਰੀ? ਕਿਸੇ ਤੁਸੀਂ ਘਰ ਸੰਪਰਕ ਕੀਤਾ ਗਿਆ ਸਿੰਗਰ ਦੇ ਨਾਲ ਜਿਹੜੇ ਆਉਂਦੇ ਸੀਗੇ ਆਪਣੇ ਘਰ? ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਠੀਕ ਹੈ, ਆਪਦੇ ਨੂੰ ਵੀ ਚੱਲ ਉਹਨਾਂ ਦੇ ਨਾਲ ਮਿਲੀਏ ਵੀ ਜੇ ਕੋਈ ਰਾਜ ਦੀਆਂ ਪੰਜੇ ਗੀਤ ਹੈ ਉਹ ਰਿਕਾਰਡ ਹੋ ਜਾਣ ਜੀ, ਅਤੇ ਪਰ ਉਹ ਸਿੰਗਰਾਂ ਨੇ ਕੁਛ ਤਵੱਜੋ ਇੰਨੀ ਦਿੱਤੀ ਨਹੀਂ। ਓਕੇ, ਇਹਦਾ ਕਰਕੇ ਥੋੜ੍ਹਾ ਜਿਹਾ ਅਸੀਂ ਵੀ ਪਿੱਛੇ ਹਟ ਗਏ ਵੀ ਯਾਰ ਆਪਣਾ ਮਾਣ ਸਨਮਾਨ ਹੈ, ਏਡੀ ਵੀ ਕਿਹੜੀ ਗੱਲ ਹੈ, ਫਿਰ ਨਹੀਂ ਰਿਕਾਰਡ ਕਰਵਾਉਂਦੇ ਤਾਂ ਇਹਨਾਂ ਦਾ ਵੀ ਨੁਕਸਾਨ ਸਾਡਾ ਸਾਡਾ ਤਾਂ ਨੁਕਸਾਨ ਇਹ ਤੋਂ ਬੇਟਾ ਕੋਈ ਹੋ ਹੀ ਨਹੀਂ ਸਕਦਾ ਗਾਇਓ ਦੇ ਜਾਣ ਤੋਂ ਬਾਅਦ। ਅਤੇ ਜ਼ਿਆਦਾਤਰ ਕਹਿਣ ਦਾ ਮਤਲਬ ਜਿੰਨਾ ਕੋਸ਼ਿਸ਼ਾਂ ਸਾਡੀਆਂ ਰਹੀਆਂ ਪਰ ਜ਼ਿਆਦਾ ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ। ਚਲੋ ਉਹਨਾਂ ਦੇ ਪਿਤਾ ਜੀ ਵੀ ਆਪਣੇ ਨਾਲ ਹੈਗੇ, ਉਹ ਕੋਈ ਗੱਲਬਾਤ ਕਰਾਂਗੇ। ਅੱਜ ਕੀ ਨਾਮ ਹੈ? ਠੀਕ ਹੈ ਜੀ, ਤੁਹਾਡੇ ਬੇਟੇ ਜੋ ਰਾਜੂ ਪੱਤੋਂ ਨਾਲ ਮਸ਼ਹੂਰ ਹੋਏ ਹੈਗੇ ਆ, ਕਿਵੇਂ ਲੱਗਦਾ, ਕਿਵੇਂ ਮਾਣ ਮਹਿਸੂਸ ਹੁੰਦਾ ਜੀ ਉਹਨਾਂ? ਮਾਣ ਮਹਿਸੂਸ ਜੀ, ਮੇਰੀ ਤਾਂ ਮਿਲਟਰੀ ਲਾਈਨ ਸੀਗੀ ਜੀ, ਮੇਰਾ ਦਿਮਾਗ ਉੱਧਰ ਸੀ ਜੀ, ਉਹਦਾ ਜੇ ਗੁਣਾ ਵਿੱਚ ਬਾਕੀ ਸਾਡਾ ਸਰੂਰ ਦੇ ਨਾਲ ਮਿਲਟਰੀ ਦਾ ਤਾਲਮੇਲ ਬਹੁਤ ਘੱਟ ਹੁੰਦਾ। ਠੀਕ ਹੈ, ਅਤੇ ਇੱਧਰ ਸਾਡਾ ਤਾਲਮੇਲ ਜਾਂਦਾ ਹੀ ਨਹੀਂ ਗਾ, ਅਤੇ ਬਾਅਦ ਜਦੋਂ ਮਸ਼ਹੂਰ ਹੋ ਗਿਆ ਫਿਰ ਮੈਨੂੰ ਮਹਿਸੂਸ ਹੁੰਦਾ ਵੀ ਹਾਂ ਕੋਈ ਲੜਕਾ ਹੋਣਾ ਜੀ, ਅਤੇ ਚੰਗਾ ਕਲਾਕਾਰ ਹੈਗਾ ਅਤੇ ਹੋਰ ਵੀ ਵਾਜੂ। ਠੀਕ, ਅਤੇ ਉਹ ਜਾਂਦੇ ਨੇ ਤਾਂ ਉਹਦੇ ਮੁੰਡੇ ਵੀ ਆਉਂਦੇ ਸੀ, ਕੁੜੀਆਂ ਵੀ ਆਉਂਦੇ, ਅਸੀਂ ਲੈਣ ਵਾਲੇ ਲੈਣ ਵਾਲੇ ਵੀ ਆਉਂਦੇ, ਕੋਈ ਦੇਣ ਵਾਲੇ ਵੀ। ਪਰ ਬਜ਼ੁਰਗ ਗੱਲ ਇਸ ਤਰ੍ਹਾਂ ਵਾ ਵੀ 1994 ਤੋਂ ਲੈ ਕੇ ਸਿਰਫ 1999 ਤੱਕ ਹੀ ਮਤਲਬ ਉਹਨਾਂ ਦਾ ਸਮਾਂ ਰਿਹਾ ਹੈਗਾ, ਅਤੇ ਉਹ ਲੱਗਦਾ ਨਹੀਂ ਹੈਗਾ ਮਤਲਬ ਚਲੇ ਜਾਣ ਦਾ ਥੋੜ੍ਹਾ ਮਹਿਸੂਸ ਤਾਂ ਹੁੰਦਾ ਹੋਊਗਾ ਵੀ ਜੇ ਹੁਣ ਜੋ ਤੁਹਾਡੇ ਵਿਚਕਾਰ ਹੁੰਦੇ ਤਾਂ ਉਹਨਾਂ ਦੀ ਬੁਲੰਦੀ ਹੋਰ ਮਤਲਬ ਹੁੰਦੀ ਉਹਨਾਂ? ਉਹ ਤਾਂ ਜੀ ਹੁਣ ਜਿਹੜਾ ਘੱਟ ਹੈ ਉਹ ਤਾਂ ਘੱਟ ਅਸੀਂ ਪੂਰਾ ਕਰ ਨਹੀਂ ਸਕਦੇ, ਵੈਰੂ ਸਾਡਾ ਅੱਜ ਮੈਂ ਸੰਪਰਕ ਸੀ ਤਾਂ ਸਾਡੇ ਨਾਲ ਰਹਿ ਗਿਆ ਜਾਂ ਜੋ ਹੋਰ ਹੁੰਦਾ ਸਾਡਾ ਘਰ ਵਿੱਚ ਹੋਰ ਹੋਣਾ ਸੀਗਾ ਜੀ, ਕਿੱਥੇ ਹੋਣਾ, ਸਾਰੀ ਮਿਹਨਤ ਕਰਕੇ ਮੈਂ ਆਪਦੇ ਪਰਿਵਾਰ ਨੂੰ ਰੋਟੀ ਖਾਣ ਦੇ ਜ਼ਿੰਦਗੀ ਇੱਥੇ ਤੱਕ ਲੈ ਕੇ ਆਉਂਦਾ, ਬੱਚੇ ਦੋ ਸੀ ਉਹਦੇ ਵੱਡੇ ਦਾ ਨਾਮ ਸੀ। ਕਿੰਨੇ ਪਰਿਵਾਰ 'ਚ ਕਿੰਨੇ ਮੈਂਬਰ ਆ ਟੋਟਲ ਆਪਣੇ? ਸਾਡੇ ਮੇਰੇ 4 ਲੜਕੇ ਸੀਗੇ, 2 ਲੜਕੀਆਂ ਸੀ ਅਤੇ ਵੱਡਾ ਰਾਜੂ ਸੀ, ਉਹਦੇ 2 ਬੱਚੇ ਸੀ। ਵੱਡਾ ਵੱਡਾ ਉਹੀ ਸੀਗਾ, ਵੱਡਾ ਉਹ ਸੁਖਵਿੰਦਰ ਸਿੰਘ ਦਾ ਵੱਡਾ ਲੜਕਾ ਜੀ, ਅਤੇ ਛੋਟਾ ਤੋਂ ਨਾਮ ਵੀ ਛੋਟਾ ਕਹਿੰਦੇ ਸੋਨੀ ਜੀ, ਉਹ ਦੋਨੇ ਹੀ ਭਰਾ ਖਾ ਕੇ ਮੁੰਡਾ ਜਲੰਧਰ ਕੰਮ ਕਰਦਾ ਜੀ, ਉਹ ਆਪਣੇ ਆਪ ਕਰ ਸਰਬੀਰ ਸਿੰਘ ਦੇ ਨਾਮ ਪਤਾ ਕਰੇ ਬਾਲ ਬੱਚੇ ਆ ਜੀ। ਮਹਿਸੂਸ ਤਾਂ ਇਹ ਹੁੰਦਾ ਵੀ ਘਾਟ ਤਾਂ ਪੂਰੀ ਹੋ ਹੀ ਨਹੀਂ ਸਕਦੀ, ਬਾਕੀ ਸਾਨੂੰ ਜੀ ਇਹ ਆ ਵੀ ਸਾਡੇ ਚਮਕੌਰ ਸਿੰਘ ਮਾਸਟਰ ਸਾਡੇ ਪਿੰਡ ਪੱਤੋ ਸੀ, ਜੀ ਕੁਲਦੀਪ ਸਿੰਘ ਭੱਟੀ ਸੀ ਅਤੇ ਪਿੰਡ ਦੇ ਵਿੱਚ ਸਾਡੇ ਮਸ਼ਹੂਰ ਬਹੁਤ ਬੰਦੇ ਬਹੁਤ ਸੀਗੇ, ਉਹਨਾਂ ਦੇ ਪਰਿਵਾਰ ਦੇ ਸੇਵਕ ਨੇ ਉਹਦੇ ਯਾਰ ਦੋਸਤ, ਉਹਨਾਂ ਨੇ ਸਾਡੀ ਬਹੁਤ ਸ਼ਿਕਾਇਤਾਂ ਕੀਤੀਆਂ। ਠੀਕ, ਅਤੇ ਜਿਵੇਂ ਸਿਆਸੀ ਤੌਰ ਦੇ ਵਿੱਚ ਅਸੀਂ ਦੇਖਿਆ ਕਿ ਗੁਰਦਾਰ ਦਰਸ਼ਨ ਬਰਾੜ ਮਹੇਸ਼ ਰਮਿੰਦਰ ਨਿਹਾਲ ਸਿੰਘ ਵਾਲਾ ਜੀ, ਜੀ ਸ਼ਾਂਤ ਅਤੇ ਜੈਬ ਸਿੰਘ ਰੋਂਦਾ ਤਕਰੀਬਨ ਸਾਡੇ ਨਾਲ ਇਹਨੂੰ ਨਾਲ ਹੀ ਰਹਿੰਦਾ ਸੀਗਾ, ਅਤੇ ਜਿੰਨੇ ਵੀ ਇੱਥੇ ਸਿਆਸੀ ਬੰਦੇ ਸਨ ਸਰਦਾਰ ਸੈਕਟਰ ਚੋਂ ਸਿੱਧ ਵਾਲੇ ਜੀ, ਇਹਨਾਂ ਨੇ ਸਾਨੂੰ ਬੜਾ ਵਧੀਆ ਸੀ। ਠੀਕ ਹੈ ਤੁਹਾਡੀ ਗੱਲ, ਪਰ ਜੋ ਉਹਨਾਂ ਦਾ ਸਮਾਂ ਸੀ ਆਖਰੀ ਸਮਾਂ ਜਿਵੇਂ ਸੀਗਾ, ਉਹਨਾਂ ਦੀ ਡੈਥ ਹੁੰਦੀ ਹੈਗੀ ਆ ਵੀ ਉਹ ਚਰਚਾ ਵੀ ਰਹੀ ਤਕਰੀਬਨ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਡੈਥ ਹੈਗੀ ਆ, ਉਹ ਮਤਲਬ ਉਹਨਾਂ ਨੇ ਸਿਵਿਆਂ 'ਚ ਜਾ ਕੇ ਪਾ ਲੈ ਲਿਆ, ਉਹ ਕੀ ਹੈ, ਕੀ ਗੱਲ, ਕੀ ਬਣੀ ਜੀ ਉਸ ਬਾਰੇ? ਤਾਂ ਇਹ ਦੇਖੋ ਇਹ ਭੇਦ ਹੈ ਨਾ, ਤਾਂ ਤੁਸੀਂ ਕੁਛ ਸਾਨੂੰ ਪਤਾ ਨਹੀਂ ਲੱਗਾ, ਮੈਂ ਆਪਦੇ ਹੱਥੀਂ ਕੁਝ ਕੀਤਾ, ਸਾਰਾ ਕੁਛ ਮੈਂ ਆਪਦੇ ਹੱਥੋਂ ਹੀ ਕੀਤਾ, ਮੈਨੂੰ ਇਹ ਮਹਿਸੂਸ ਨਹੀਂ ਹੋਇਆ ਵੀ ਉਹ ਕਿਸੇ ਨੇ ਉਹਨੇ ਆਪਣੇ ਆਪ ਹੱਤਿਆ ਕੀਤੀ ਜੀ, ਮੈਨੂੰ ਇਹ ਨਹੀਂ ਹੋਇਆ ਵੀ ਜੇ ਹੱਤਾ ਦੇਖੀ ਦੇ ਆ ਹੁਣ 75-76 ਸਾਲ ਦੀ ਉਮਰ ਹੋਈ ਹੈ ਵੀ ਆਹ ਬੰਦਾ ਕੋਈ ਬਾਲ ਲੈਂਦਾ ਮੂੰਹ 'ਚ ਖੂਨ ਹੁੰਦਾ ਰੋਟੀ ਹੁੰਦੀ ਆ ਉਹ ਕੁਝ ਆਉਂਦਾ, ਸਭ ਤੋਂ ਨਵਾਂ ਸੂਟ ਘਰੋਂ ਪਾ ਕੇ ਉਹਨੂੰ ਚੌਹ ਨਹੀਂ ਲੱਗਿਆ ਸੀ ਕੱਪੜਿਆਂ ਨੂੰ। ਠੀਕ, ਅਤੇ ਉਸੇ ਤਰ੍ਹਾਂ ਹੀ ਉਤਾਰ ਕੇ ਲਿਆਉਂਦਾ ਅਤੇ ਕੋਈ ਉਹਦੇ ਸਰੀਰ ਨੂੰ ਕੋਈ ਐਸੀ ਅੱਛਾ ਨਹੀਂ ਸੀ, ਉੱਥੋਂ ਮਹਿਸੂਸ ਹੁੰਦਾ ਵੀ ਸਾਡੇ ਨਾਲ ਕਿਸੇ ਨੇ ਬੱਚੇ ਨਾਲ
दुश्मन खेली है जो कोई नहीं चंगा लगे कि चंगा नहीं पाया। ठीक असं फिर भी किसी को इस गल रब का भाड़ा मान के शुक्र गुजार किए सच्ची पातशाह जिन्नी गल वह मार दी सा चंगी कट गया वधिया कट गया नाम मशहूर कर गया पत्तो खीरा सिंह का पत्तो खीरा सिंह का नाम मशहूर रहे राजे नाम अभी बहुत खुश हूँ। देखो दूजी गल अबजर्ब यह भी वह कह लोग कहेंगे है कि तुम भी सूँ दस्या भी जो लिखते ज़्यादातर सीनिया लिखती सी की कारण मतलब उसी जी जे लेखक होंगे कुछ घर के माहौल होगा रौले रोले का जी कुछ अपना गरीबी तौर पर घर जी हुए होंगे जी वो भी की करते घरों रोटी पानी खा लिया जो खा लिया नहीं खा लिया घर जाके सेवे साढ़े इतने चिड़ी खेड़ी बची थी अजक तो चिड़ी की है स्वर्ग बनया हुआ जितों बहता होता है जी उसे जाके कहना जी मैं बन दूंगे तो कंधा निकल आनी इतने आह होजू इतने आह होया करू वो भी मन की ख्वाहिश थी कि उत्थे जाके वो महंगा होता जी उत्थे कई कुड़िया मुंडे शायद उत्थे जा वड़ते जो कितने गाने लैने किरने लेने उत्थे ही वो गलबात कर लेंगे घर भी आ जाते। ठीक है चलो असी मतलब ब्रदर अपने नाल ही उन्होंने भी गलबात करा एक चर्चा यह भी रही हैगी कि किसी गायकों नाल उनका संपर्क रहा है जदों हिट होना से उन्होंने तराजू पत्तों बहुत अटैचमेंट रहे उस तो बाद किसी कारण करके पिछे हट गए कि मौत का ही कारण रहा कि डिप्रैशन चले गए कि रिलेशन के कोई गल नहीं जी क्योंकि जे हम अभी आपके परिवार तौर पर अभी देखिए तो वो देखिए भी कोई गल नहीं ना ही कोई यह गल काफ़ी ना जुड़न तो जो कोई किसी ना जुड़ते बल्कि एक अफवाह है असं तो यह मना कि लोगों ने अपने मनों ही यह गल बना ली जी जिन्हों किसी ए लग्या महसूस किया लोग प्यार करते राजू प्यार करते जोड़े प्यार करने वाले असं गीतकारी तौर पर जिमें हम मन के जब सिंगर के नाल आम ही गीतकार जोड़ी बन जाती है जी वो जोड़ी तौर पर देखते सके भी आस गायिका के गाने हिट हुए राजू के बहुत हुए है है भी वह करके एवं लोगों ने ना ही जोड़िया पर यह जी कोई गल है नहीं। ठीक है चलो देखा जाए सिंगर जोड़े है जिमें हम अमृता बैरक हो गए मेजर राजस्थानी हो गए कुलदीप रसीला हो गया मेंटू कदूरी हो गया हैट रहे है गया उस तो बाद हुण कितें आए तुहानू मिलण वास्ते नहीं मैं तुहानू दस्सिया जी मेजर राजस्थानी आए वो डैथ तो बाद एक दो वारी जी उदू बाद साढ़े ना किसी कोई सिंगर ने संपर्क नहीं किया। ठीक है हुण तुसीं की अपील करना चाहोगे भी तुहाडे नाल सिंगर संपर्क करन जो गीत पाए है शायद वो दोबारा मतलब आपां मार्केट चाहिए मेरी तो अपील है जी उन्होंने सिंगर पुराने भी नवियां भी सारे अपील है जी देखो साढ़े को गाने पे विरासत है जी असी सामभ के तो रखने ही हैं जी पर असी चाहते हैं भी जे वो मार्केट चाहन लोग सुन कुछ गाने योजे भी आ जे समाज में सीध देने वाले भी आ ठीक सभ्याचारक गाने इदा के बहुत वधिया है हुण वो गाने जो मार्केट आने लोगों को पता लगे भी राजू की लिखता से हजे कुछ कदम कुछ ये गीत योजे भी है जोड़े साहित्य पक्ष के जेडे कि कहने का मतलब राजू जिन्हें कि इन्होंने गाने सुने उन्होंने तो बहुत वक्त हट गए हैं मैं असं कहने भी अभी आवे साढ़े कोई सिंगर नवा आवे पुराना आवे साढ़े किसी कोई ना नहीं ठीक है पर साड़ी बेनती ये है कि साढ़े को गाना जो भी लैन आना वीर बन के बेनती साड़ी यही है कि असी किसी कोई चीज़ की लालच नहीं पर साडे गाने की सही रिकॉर्डिंग होनी चाहिए है बिल्कुल सही हाथों की होना चाहिए। ठीक है होर की कहना चाहोगे कोई अपना कोई खास विचार ज उन्होंने जो थोड़ा रबता रहा तो ब्रदर उन्होंने किमें रिलेशन से आप बहुत वधिया परिवार के साथ रिलेशन से जिन्ना भी कहने का मतलब हर घर वो साढ़े साझी करता जिमें कोई गीत लिखना गीत भी असं डिस्कस कर लेंगे जो कोई सू कोई लैंड नहीं पसंद या कोई आइडिया सू पसंद नहीं होंगे जी वो भी असं चेंज करते रल के ही करते थे कई बार गीतकार भी आते कलाकार आते सिंगर आते आप तो गल भी नहीं असं करता कई बार कहता से यार कर ला गल अजे गलबात कर लेंगे जे गाने से गाने भी जिम्मे मेजर राजस्थानी हूँ सी काका बूल आला लैना उन्होंने भी अमृता दो मिक्स भी लै जाते जी है वैसे तो करे हो इस तरह भी जो सिंगर आते सौग लैन वास्ते कि पैसे मिलते मतलब उस एक गीत सौंग जी एक गीत की मैं कीमत तो नहीं कह सकता ज मुल तो नहीं कह सकता भी वह पा के जाते ठीक है वो सिर्फ एक अं माण ताण कर देंगे जिमें गीत का 2000-1500 दे गए
ठीक है, इस तू बाद किसी ने हिंदी दिते नहीं। हाँ एक गल जरूर है भी कोई संगरूर की कंपनी वाले सी जिन्होंने वो कोशिश की भी राजू साढ़े नाल जुड़ के चली, तो वो बंद ने आए आ इनू पैसे दिते उन्होंने काफ़ी उन्होंने 20-25 हज़ार कहते दे पर सी नहीं वेख्या 20-25 हज़ार उन्होंने दिता कि नहीं दिता। ठीक है, पर सानू दसण वाले ने दसा भी 20-25 हज़ार रुपया दे के गए, पर इन्हें वो जोड़े पैसे से जहाँ तो वो अपने सज्जना मित्रां की वंड ले छक ले जी उस एक दो होर सके जिमें कह मतलब साढ़े ये सज्जन मित्र ही है उन्होंने कुड़िया कड़िया सीगिया उन्होंने पैसे देते गरीब बंदे से जिन्हें आपके मित्र जोड़े उन्होंने इन्हें वंड वुंड दे घरें सानू नहीं पता इन्हें कुछ लिया नहीं लिया बस वह पता ही 25 हज़ार रुपया दिता कंपनी वाले केड़े से वो कंपनी वाले का भी सू वैसे पता सॉन्ग ज़्यादा हिट हो गया उस थोड़ा जिक्र कर दो जो हिट हुए मेन तो लगता जिम्मे धर्मप्रीत का सी एक रुमाल यारदार तिरख तू बना जी मेजर राजस्थानी के सी ऐ दिल तोड़ता चंगे के छले बदले मोहतिया जी सरसा ने बथेरा उप कटना एक गल बने चुगली कि एक मिर्जा सगा मिर्जा बहुत उसकी अखियां से नीर कहीं बढ़ जूगी जो रन चूरी तो कई दोनों माड़ा कह वाले माड़े को माड़ा कहें मेजर राजस्थानी ने गाए बाद अपना हलदीप रसीले नोटती मेहंदी याद कराए मेहनी मीने मारी दे शक भरजाई कर दी ये हलदीप रसीले ने गाए से जोड़ा जसविंदर बराड़ का हिट गाणा आला पट सोने संधूरमा से जल जो माड़ा दिशा लाई चीर कड़ के जी ये भी हिट होया आकाश जी ने गाया एक आकाश जी ने गाया हिट गाने से थोड़े जो बोल भुल गए जी मेंटू धोरी ने गाया है नी नण दे चुप कर जा कोई बहुत वधिया गाना सीगा कहण कहण का मतलब जिन्ने के गाने भगवान हंस दा सीगा हैं जी वाले के कल्ले कल्ले पिंड भाल नहीं तेनू यार नहीं थोड़ा कदों यार वर्गा जी है होर बड़े गाने हिट सी याद आए थे अपने वेलों को कौन सिखाऊंगा है बल पा के चढ़ना खाने के दीप दविंदर का हिट गाना जी गाने तो तकरीबन तकरीबन हिट ही रहे लास्ट भाई देखी दसियो तरीके बे किदे बे वफाई देखी दसियो तरीके बे इसे गल दा खांदा चोरा पंडिया तू मैनू बेलोड़ा हुसन मेरे नू लुट के चोरा कदर कीती ना मेरी पूरा बेवफाया थी जामे तू कितों दा शरीफ बे किदे बेवफाई देखी दसियो तरीके बे तू दसियो तरीके बे होर जी एक गाना हैगा जिसका मतलब साहित्यक है जी मैं लोगों दसना भी चाहना सज्जना मित्रां नूं जी भी राजू साहित्यक भी बहुत लिखता सी पर वो रिकॉर्ड नहीं होया रिकॉर्ड नहीं ठीक वो जी एक बार गीत नूं पेश करदा जी मेरी आदत नहीं थी चुप चुप रहने की मेरी आदत नहीं सी चुप चुप रहने की यार चला गया उदे दा ही चुप हो गया जेड़ी सब तो प्यारी चीज लगी दिल नूं यार घुस गई हत्था चो वड्डा दुख हो गया मेरी आदत नहीं सी चुप चुप रहने की। लास्ट कोई मैसेज कोई सुनेहा तुहाडा सुनेहा दा मेरा ही किसी को यही है सारे सज्जना मित्रां जी भी जिन्हें भी राजू चाहन वाले आ कोई प्यार करने वाले आ कि साढ़े ना संपर्क करो वो गाने आप गाइए मार खिड़के जाइए जिनी जो कि असी थोड़े नाल खड़े हैं असी थोड़ी जंगीतकारी तौर पर जिनी कि हेल्प होती हुई वो गाने जिद्या भी हुए साढ़े को आओ सू लेके जाओ आप मार्केट के द्वारा खेल ठीक है। हाँ जी बजुर्ग जी लास्ट कुछ की मैसेज देना चाहोगे तो यही कहना चाहूँगा जी पहला थी शुरू तो
ਮਾਸਟਰ ਸਿੰਘ ਸਿੰਘ ਦੀ ਕੁੜੀ ਪਤਨੀ ਹੈ ਅਤੇ ਪਿੰਡ ਦੇ ਯਾਰ ਮਿੱਤਰ ਸੀ ਨਾ ਰਲ ਕੇ ਮੇਲੇ ਸ਼ੁਰੂ ਕੀਤੇ ਉਹ ਤਕਰੀਬਨ ਮੇਲੇ ਅਸੀਂ ਸੱਤ ਪੂਰੇ ਕੀਤੇ ਆ ਜੀ ਸੱਤਾਂ ਮੇਲਿਆਂ ਤੋਂ ਬਾਅਦ ਜਿਹੜਾ ਮਾਹੌਲ ਸੀ ਪੰਜਾਬ ਦਾ ਖਰਾਬ ਹੁੰਦਾ ਜਾਂਦਾ ਸੀ ਅਤੇ ਮੇਲਿਆਂ ਦੇ ਵਿੱਚ ਗੜਬੜ ਹੁੰਦੀ ਸਾਨੂੰ ਸ਼ੱਕ ਸੀਗੀ ਵੀ ਅਸੀਂ ਗਰੀਬ ਪਰਿਵਾਰ 'ਚੋਂ ਹੈਗੇ ਕੋਈ ਐਸੀ ਵੈਸੀ ਗੱਲ ਹੋ ਗਈ ਅਤੇ ਉਹਦਾ ਮੇਲਿਆਂ ਦਾ ਪ੍ਰਭਾਵ ਸਾਡੇ 'ਤੇ ਕੋਈ ਪਰਿਵਾਰ 'ਤੇ ਕੋਈ ਪਿੰਡ 'ਤੇ ਕੋਈ ਜਿਹੜੇ ਸਾਡੇ ਆਗੂ ਬਣੇ ਮਾਸਟਰ ਜੀ ਜਗਵਾਲ ਸਿੰਘ ਮਾਨਯੋਗ ਬੰਦੇ ਸੀਗੇ ਉਹ ਉਹਨਾਂ 'ਤੇ ਫਰਕ ਪਊਗਾ ਅਤੇ ਸਾਡਾ ਇਲਾਕਾ ਹਲਕਾ ਬਦਨਾਮ ਹੋਊਗਾ ਅਸੀਂ ਉਹਨਾਂ ਦੇ ਦਰਦਿਆਂ ਨੇ ਮੇਲਾ ਅਸੀਂ ਬੰਦ ਕਰਤਾ ਸੀਗਾ ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਉਹਦੇ ਨਾਂ 'ਤੇ ਪਹਿਲਾਂ ਮੇਲੇ ਚੱਲਦੇ ਹੁਣ ਮੇਲੇ ਚੱਲਣ ਸਾਨੂੰ ਸਾਥ ਦੇਣ ਉਹ ਸਾਨੂੰ ਮਾਸਟਰ ਨੂੰ ਵੀ ਸਾਥ ਦੇਣਗੇ ਬਾਕੀ ਸਾਰੇ ਲੋਕ ਮਜ਼ੇ ਰਹਿਣਗੇ ਸਿਆਸੀ ਬੰਦੇ ਵੀ ਜਦੋਂ ਰੰਗ ਦੇਣਗੇ ਆਉਣ ਜਾਣ ਰੌਣਕਾਂ ਬਣ ਗਿਆ ਪਿੰਡ ਦਾ ਨਾਂ ਬਣਦਾ ਕੁੜੀਆਂ ਮੁੰਡਿਆਂ ਨੂੰ ਕੁਛ ਸੇਧ ਮਿਲਦੀ ਹੈ ਜੀ ਵੀ ਚੰਗੇ ਪਾਸ ਤੁਰੀਏ ਚੰਗਾ ਗਾਈਏ ਚੰਗਾ ਸੁਣੀਏ ਅਤੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਵੀ ਆਪ ਕਰਕੇ ਵੀ ਆਪਾਂ ਇਸ ਗੱਲ ਨੂੰ ਫਿਰ ਬੋਲੀਏ ਠੀਕ ਹੈ ਧੰਨਵਾਦ ਜੀ ਤੁਹਾਡਾ ਜੀ ਚਲੋ ਆਪਾਂ ਜੋ ਗੱਲਬਾਤ ਕੀਤੀ ਹੈ ਰਾਜੂ ਪੱਤੋ ਦੇ ਪਰਿਵਾਰ ਦੇ ਨਾਲ ਉਹਦੇ ਬ੍ਰਦਰ ਸੀਗੇ ਅਤੇ ਨਾਲ ਉਹਦੇ ਪਿਤਾ ਜੀ ਉਹਨਾਂ ਨੇ ਕਿਹਾ ਜੀ ਪਹਿਲਾਂ ਮੇਲੇ ਹੁੰਦੇ ਸੀਗੇ ਮੇਲੇ ਦੇ ਵਿੱਚ ਰਾਜੂ ਪੱਤੂ ਦੇ ਨਾਂ 'ਤੇ ਮੇਲਾ ਲੱਗਦਾ ਸੀ ਚਲੋ ਸਿੰਗਰ ਨਵੇਂ ਸਿੰਗਰ ਵੀ ਉੱਥੇ ਸਾਰੇ ਆਉਂਦੇ ਜੀ ਬਹੁਤ ਆਉਂਦੇ ਅਤੇ ਚਲੋ ਪ੍ਰਚਲਿਤ ਚੀਜ਼ ਸੀਗੀ ਵੀ ਉਹ ਹੁਣ ਵੀ ਦੁਬਾਰਾ ਚੱਲਣੀ ਚਾਹੀਦੀ ਹੈਗੀ ਆ ਪਰਿਵਾਰ ਜੋ ਹੈਗਾ ਪਰਿਵਾਰ ਕਹਿੰਦਾ ਵੀ ਸਾਡੇ ਕੋਲ ਜੋ ਸੌਂਗ ਹੈਗੇ ਆ ਹਜੇ 150 ਸੌਂਗ ਤਕਰੀਬਨ ਸਾਡੇ ਕੋਲ ਪਿਆ ਹੈਗਾ ਵੀ ਜੇ ਸਾਡੇ ਨਾਲ ਕੋਈ ਗਾਇਕ ਸੰਪਰਕ ਕਰਦਾ ਅਸੀਂ ਜ਼ਰੂਰ ਸਾਥ ਦੇਵਾਂਗੇ ਤੁਸੀਂ ਵੇਖਦੇ ਰਹੋ ਰੈਗੂਲਰ ਗਰਾਊਂਡ 24 ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ